सब्सक्राइब करो NC7 न्यूज नो द लेटेस्ट अपडेट पाने के लिए प्रेस करो बेल आइकन। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਅੰਮ੍ਰਿਤਸਰ ਦੇ ਨਜ਼ਦੀਕ ਕਰਤਾਰਪੁਰ ਤੋਂ ਜਿੱਥੇ ਦੇਰ ਰਾਤ ਚੱਲਦੀ ਰੇਲ ਗੱਡੀ 'ਚ ਅੱਗ ਲੱਗ ਗਈ ਹੈ। ਦੱਸ ਦਈਏ ਕਿ ਦੇਰ ਰਾਤ 10:30 ਵਜੇ ਦੇ ਕਰੀਬ ਕਰਤਾਰਪੁਰ ਰੇਲਵੇ ਸਟੇਸ਼ਨ ਤੇ ਫਲਾਇੰਗ ਮੇਲ ਐਕਸਪ੍ਰੈਸ ਜਦੋਂ ਹੀ ਪਹੁੰਚੀ ਤਾਂ ਅਚਾਨਕ ਅੱਗ ਲੱਗ ਗਈ। ਸੂਚਨਾ ਹੈ ਕਿ ਰੇਲ ਗੱਡੀ ਨੂੰ ਅੱਗ ਰੇਲਵੇ ਸਟੇਸ਼ਨ ਤੇ ਪਹੁੰਚਣ ਤੋਂ ਪਹਿਲਾਂ ਹੀ ਲੱਗੀ ਹੋਈ ਸੀ। ਕੜੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਰੇਲਵੇ ਦੇ ਆਲਾ ਅਧਿਕਾਰੀ ਤੁਰੰਤ ਘਟਨਾ ਵਾਲੀ ਸਥਾਨ ਤੇ ਪਹੁੰਚੇ। ਰਹਿਮਤ ਰਹੀ ਕਿ ਕਿਸੇ ਵੀ ਕਿਸਮ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੁਲਿਸ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕਰਦਿਆਂ ਕਿਹਾ ਕਿ ਉਹ ਜਨ ਮਾਮਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ। ਮੁੱਖ ਮੰਤਰੀ ਨੇ ਅੱਜ ਜਨਤਾ ਨਾਲ ਮੁਲਾਕਾਤ ਦੌਰਾਨ ਵੱਖ ਵੱਖ ਸ਼ਿਕਾਇਤਾਂ ਸੁਣੀਆਂ ਤੇ ਮੌਕੇ ਤੇ ਹੀ ਅਧਿਕਾਰੀਆਂ ਕੋਲੋਂ ਉਹਨਾਂ ਦਾ ਹੱਲ ਕਰਾਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਨਤਾ ਦੀਆਂ ਸ਼ਿਕਾਇਤਾਂ ਚੰਡੀਗੜ੍ਹ ਪਹੁੰਚਣ ਦੀ ਬਜਾਏ ਜ਼ਿਲ੍ਹਾ ਪੱਧਰ ਤੇ ਹੱਲ ਹੋਣੀਆਂ ਚਾਹੀਦੀਆਂ ਨੇ। ਉਹਨਾਂ ਕਿਹਾ ਕਿ ਜੋ ਅਧਿਕਾਰੀ ਜਨਤਾ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲੈਣਗੇ ਉਹਨਾਂ ਖਿਲਾਫ਼ ਕਾਰਵਾਈ ਹੋਵੇਗੀ, ਕਿਉਂਕਿ ਜਨਤਾ ਨੇ ਸਰਕਾਰ ਨੂੰ ਚੁਣਿਆ ਹੈ ਤੇ ਜਨਤਾ ਦੇ ਮਸਲੇ ਅਧਿਕਾਰੀਆਂ ਨੇ ਹੱਲ ਕਰਨੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਹੀ DGP ਤੇ ਮੁੱਖ ਸਕੱਤਰ ਨੂੰ ਇਸ ਸਬੰਧੀ ਵਿੱਚ ਹਦਾਇਤਾਂ ਜਾਰੀ ਕਰ ਚੁੱਕੇ ਨੇ। ਜ਼ਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰਾਂ ਤੇ ਪੁਲਿਸ ਕਮਿਸ਼ਨਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਨਤਾ ਦੀਆਂ ਸ਼ਿਕਾਇਤਾਂ ਸੁਣਨ ਤੇ ਉਹਨਾਂ ਦਾ ਨਿਪਟਾਰਾ ਕਰਨ। ਪੰਜਾਬ ਦੇ 17 ਵਿਧਾਇਕਾਂ ਨੂੰ ਹੁਣ ਨਵੀਆਂ ਗੱਡੀਆਂ ਮਿਲਣ ਜਾ ਰਹੀਆਂ ਨੇ। ਟਰਾਂਸਪੋਰਟ ਮੰਤਰੀ ਦਾ ਬਿਆਨ ਹੈ ਕਿ ਅਸੀਂ ਨਵੀਆਂ ਗੱਡੀਆਂ ਦੀ ਤਜਵੀਜ਼ ਭੇਜ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਵਿਧਾਇਕਾਂ ਨੂੰ ਹੁਣ ਨਵੀਆਂ ਗੱਡੀਆਂ ਦੀ ਸਖ਼ਤ ਜ਼ਰੂਰਤ ਹੈ, ਵਿਧਾਇਕ ਮੀਟਿੰਗ ਦੇ ਲਈ ਲੇਟ ਹੋ ਜਾਂਦੇ ਨੇ। ਇਹ ਤਰਕ ਦਿੱਤਾ ਜਾ ਰਿਹਾ ਹੈ, ਪੁਰਾਣੀਆਂ ਗੱਡੀਆਂ ਨੂੰ ਕਈ ਵਾਰ ਰੋਕ ਲਿਆ ਜਾਂਦਾ ਹੈ। ਮੈਂ ਚਾਹੁੰਦੀ ਹਾਂ ਕਿ ਸਾਰੇ ਵਿਧਾਇਕਾਂ ਨੂੰ ਨਵੀਆਂ ਗੱਡੀਆਂ ਮਿਲਣ, ਇਹ ਕਹਿਣਾ ਹੈ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦਾ। ਇਹ ਫੈਸਲੇ ਦਾ ਇਹ ਤਜਵੀਜ਼ ਜਾਂ ਇਹ ਬਿਆਨ ਉਸ ਸਮੇਂ ਦਿੱਤਾ ਜਾ ਰਿਹਾ ਜਦੋਂ ਪੰਜਾਬ ਮਾੜੀ ਆਰਥਿਕਤਾ ਦੇ ਦੌਰ 'ਚ ਲੰਘ ਰਿਹਾ ਹੈ। ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਇਹ ਦੁਹਾਈ ਦੇ ਰਹੇ ਨੇ ਕਿ ਕੇਂਦਰ ਪੰਜਾਬ ਨੂੰ ਬਣਦਾ ਹਿੱਸਾ ਨਹੀਂ ਦੇ ਰਿਹਾ ਤੇ ਉਹਨਾਂ ਕੋਲ ਪੰਜਾਬ ਦੇ ਕਰਮਚਾਰੀਆਂ ਨੂੰ ਦੇਣ ਵਾਸਤੇ ਤਨਖਾਹਾਂ ਨਹੀਂ ਹਨ, ਪਰ ਦੂਜੇ ਪਾਸੇ ਪੰਜਾਬ ਦੇ ਵਿਧਾਇਕਾਂ ਨੂੰ ਨਵੀਆਂ ਗੱਡੀਆਂ ਦੇਣ ਦੀ ਤਜਵੀਜ਼ ਭੇਜੀ ਜਾ ਰਹੀ ਹੈ। एक है विवादित होने वाली तो ये बात नहीं थी। जो भी गाड़ियां हैं जो आज विधायकों के पास हैं, विधायकों ने कहीं मीटिंग में जाना होता है, कहीं उन्होंने बहुत जल्दी उनको स्नेहा मिल जाता है कि भई आप जल्दी से मीटिंग अटेंड करें, एक दिन का वक्फा होता है या कुछ घंटे का वक्फा उनको मिलता है, इमरजेंसी मीटिंग भी आ जाती है, तो विधायकों ने वहाँ पे पहुँचना होता है। और विधायकों के पास, क्योंकि वो लोगों के चुने हुए नुमाइंदे हैं, उनके पास ऐसी गाड़ियाँ होनी चाहिए जो कि वो आराम से अपनी गाड़ी की वजह से उस मीटिंग को मिस ना करें और वहाँ तक पहुँच सकें। ये हमारी कोशिश है, मेरी कोशिश तो ये है कि सभी विधायकों को नई गाड़ियाँ दी जाएँ, क्योंकि उनका हक है और उन्होंने लोगों के बात मुद्दे अपनी मीटिंग में उठाने होते हैं, लोगों की सहूलतों के लिए उन्होंने काम करना होता है। गाड़ी कोई बहुत बड़ी बात नहीं है, गाड़ी ज़रूर विधायकों को नहीं मिलनी चाहिए। अब जो हमारे पास विधायकों के पास गाड़ियां हैं वो कंडम ही होने जा रही हैं और डर्टी हो गई हैं, उनका समा जो है वो निकल चुका है, उनका बहुत हालत जो है बहुत बुरी है। विधायकों की, मेरे पास बहुत सारे विधायकों की ये मेरे पास शिकायतें आती हैं कि हमारे पास जो गाड़ियां हैं वो रास्ते में ही रुक जाती हैं, हम लोग टाइमली मीटिंग में नहीं पहुंच पाते, जब सेशन होता है तो उनको वो वहाँ पे टाइमली पहुंचना होता है। इसलिए मेरी ये मशवरा है, मेरी ये राय है कि हमें विधायकों को नई गाड़ियाँ देनी चाहिए। ਪੰਜਾਬ ਦੀ ਇਸ ਵੇਲੇ ਮਾਲੀ ਹਾਲਤ ਕੁਝ ਠੀਕ ਨਹੀਂ ਹੈ, ਜਿਸ ਦੇ ਚਲਦੇ ਪੰਜਾਬ ਸਰਕਾਰ ਹਾਲਾਤਾਂ ਨੂੰ ਠੀਕ ਕਰਨ ਦੇ ਲਈ ਨਵੇਂ ਹੱਥਕੰਡੇ ਅਪਣਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸੇ ਤਰ੍ਹਾਂ ਦਾ ਇੱਕ ਤਰੀਕਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਗ੍ਰਾਹਕ ਨੂੰ ਬਿਜਲੀ ਦਾ ਬਿੱਲ ਭਰਨ ਦੇ ਲਈ ਲੋਨ ਦੇਣ ਦੀ ਤਿਆਰੀ ਕਰ ਰਹੀ ਹੈ, ਨਾਲ ਹੀ ਲੋਕ EMI ਰਾਹੀ ਵੀ ਬਿਜਲੀ ਦੇ ਬਿੱਲ ਦਾ ਭੁਗਤਾਨ ਕਰ ਸਕਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ 3 ਮਹੀਨੇ ਤੋਂ 24 ਮਹੀਨੇ ਤੱਕ ਕਿਸ਼ਤਾਂ ਭਰਨ ਦਾ ਆਪਸ਼ਨ ਰੱਖਿਆ ਗਿਆ ਹੈ। ਕਾਬਿਲੇ ਗੌਰ ਹੈ ਕਿ ਲੋਨ 'ਚ ਬਿਜਲੀ ਦੀ ਰਕਮ ਦਾ ਭੁਗਤਾਨ ਕਰਨ ਦੇ ਲਈ ਗ੍ਰਾਹਕਾਂ ਨੂੰ 9% ਤੋਂ 15% ਤੱਕ ਦਾ ਵਿਆਜ ਦੇਣਾ ਪਵੇਗਾ, ਨਾਲ ਹੀ ਇਸ ਦੇ ਲਈ ਕ੍ਰੈਡਿਟ ਕਾਰਡ ਵੀ ਹੋਣਾ ਜ਼ਰੂਰੀ ਹੋਵੇਗਾ।
ਦੂਜੇ ਪਾਸੇ EMI ਦੇ ਨਾਲ ਬਿੱਲ ਦੀ ਰਕਮ ਦਾ ਭੁਗਤਾਨ ਕਰਨ ਦੇ ਲਈ ਗ੍ਰਾਹਕ ਨੂੰ ਪਾਵਰਕੌਮ ਦੀ ਵੈਬਸਾਈਟ ਤੇ ਦਿੱਤੀ ਗਈ EMI ਦੀ ਆਪਸ਼ਨ ਤੇ ਕਲਿੱਕ ਕਰਨਾ ਪਵੇਗਾ। ਡਿਪਟੀ ਕਮਿਸ਼ਨਰ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਅਮਰਜੀਤ ਕੌਰ, ਬਾਲ ਵਿਕਾਸ ਤੇ ਪ੍ਰੋਜੈਕਟ ਅਫਸਰ ਰਾਮਪੁਰਾ ਸ਼੍ਰੀਮਤੀ ਸੁਨੀਤਾ ਮਿੱਤਲ ਦੀ ਅਗਵਾਈ ਹੇਠ ਬੇਟੀ ਬਚਾਓ ਬੇਟੀ ਪੜਾਓ ਦੇ ਜਾਗਰੂਕਤਾ ਸਮਾਗਮ ਰਾਮਪੁਰਾ ਬਲਾਕ ਦੇ ਪਿੰਡ ਪਟਿਆਲਾ ਗਿਲਕਲਾ ਤੇ ਰਾਮਪੁਰਾ ਚ ਕਰਾਇਆ ਗਿਆ। ਬਾਲ ਵਿਕਾਸ ਤੇ ਪ੍ਰੋਜੈਕਟ ਅਫਸਰ ਸ਼੍ਰੀਮਤੀ ਸੁਨੀਤਾ ਮਿੱਤਲ ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਸਕੀਮਾਂ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਸਖੀ ਵਨ ਸਟਾਪ ਸੈਂਟਰ, ਸ਼ਕਤੀ ਟੀਮ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਆਦਿ ਸੰਬੰਧੀ ਲੋਕਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਿਹਤ ਵਿਭਾਗ ਦੇ HHV ਤੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਵੀ ਆਪਣੇ ਆਪਣੇ ਵਿਭਾਗਾਂ ਦੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਤੇ ਡਰਾਮਾ ਟੀਮ ਵੱਲੋਂ ਆਪਣੇ ਗੀਤਾਂ ਅਤੇ ਡਰਾਮੇ ਰਾਹੀਂ ਲੋਕਾਂ ਨੂੰ ਬੇਟੀ ਬਚਾਓ ਬੇਟੀ ਪੜਾਓ ਤੇ ਪੋਸ਼ਣ ਅਭਿਆਨ ਦੇ ਸੁਨੇਹੇ ਦਿੱਤੇ। ਸਮਾਗਮ ਦਾ ਮੁੱਖ ਉਦੇਸ਼ ਔਰਤਾਂ ਦੇ ਸ਼ਕਤੀਕਰਨ ਨੂੰ ਹੋਰ ਹੁਲਾਰਾ ਦੇਣਾ ਤੇ ਬੇਟੀ ਬਚਾਓ ਬੇਟੀ ਪੜਾਓ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣਾ ਹੈ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਡੇ ਮੈਡਮ ਸ਼੍ਰੀਮਤੀ ਅਵਤਾਰ ਕੌਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਜੀ ਦੀ ਦਿਸ਼ਾ ਨਿਰਦੇਸ਼ ਅਨੁਸਾਰ ਮੇਰੇ ਬਲਾਕ ਸੰਗਤ ਫੂਲ ਅਤੇ ਰਾਮਪੁਰਾ ਵਿੱਚ ਦੇ ਵੱਖ ਵੱਖ ਪਿੰਡਾਂ ਵਿੱਚ ਬੇਟੀ ਬਚਾਓ ਬੇਟੀ ਪੜਾਓ ਤਹਿਤ ਅਵੇਅਰਨੈਸ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਕੈਂਪਾਂ ਦਾ ਮੇਨ ਉਦੇਸ਼ ਇਹੀ ਹੈ ਵੀ ਜਿਹੜੀਆਂ ਲੜਕੇ ਅਤੇ ਲੜਕਿਆਂ ਦੇ ਵਿੱਚ ਭੇਦਭਾਵ ਖਤਮ ਕੀਤਾ ਜਾਵੇ ਅਤੇ ਜੋ ਲੜਕਿਆਂ ਨੇ ਜਨਮ ਲਿਆ ਉਹਨਾਂ ਦੀ ਸਹੀ ਸੁਰੱਖਿਅਤ ਕੀਤੀ ਜਾਵੇ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਪੜ੍ਹਾਇਆ ਜਾਵੇ ਤਾਂ ਕਿ ਲੜਕੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੇ ਵਿੱਚ ਅੱਗੇ ਵਧਣ। ਅਤੇ ਮੇਰੀ ਹਰ ਔਰਤ ਨੂੰ ਇਹੀ ਰਿਕੁਐਸਟ ਹੈ ਵੀ ਜਿਹੜੀਆਂ ਲੜਕੀਆਂ ਆਪਣੇ ਘਰ ਜੋ ਵੀ ਲੜਕਾ ਜਾਂ ਲੜਕੀ ਜਨਮ ਲੈਂਦਾ ਹੈ ਅਤੇ ਉਹਨਾਂ ਦੀ ਸਹੀ ਪਰਵਰਿਸ਼ ਅਤੇ ਸਹੀ ਉਹਨਾਂ ਨੂੰ ਸੰਸਕਾਰ ਦਿੱਤੇ ਜਾਣ ਤਾਂ ਜੋ ਲੜਕੇ ਅਤੇ ਲੜਕੀਆਂ ਆਉਣ ਵਾਲੇ ਸਮਾਜ ਦੇ ਵਿੱਚ ਵਧੀਆ ਇੱਕ ਸਮਾਜ ਦੀ ਸਿਰਜਣਾ ਕਰਨਗੇ। ਕਿਉਂਕਿ ਜਿਹੜੀ ਲੜਕੀ ਆ ਉਹਨੇ ਅੱਗੇ ਜਾ ਕੇ ਬਾਲਗ ਹੋਣਾ, ਫਿਰ ਉਹਨੇ ਉਹਦੀ ਮੈਰਿਜ ਵੀ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਅਤੇ ਉਹਨੇ ਅੱਗੇ ਜਾ ਕੇ ਮਾਂ ਬਣਨਾ। ਅਤੇ ਜੇ ਉਹ ਲੜਕੀ ਆਪ ਤੰਦਰੁਸਤ ਹੋਏਗੀ, ਪੜ੍ਹੀ ਲਿਖੀ ਹੋਏਗੀ ਤਾਂ ਹੀ ਉਹ ਅੱਗੇ ਜਾ ਕੇ ਨਵੇਂ ਸਮਾਜ ਦੀ ਵਧੀਆ ਸਿਰਜਣਾ ਕਰੂਗੀ। ਅਤੇ ਇਹੀ ਅਵੇਅਰਨੈਸ ਕੈਂਪ ਸਾਡੇ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਨੇ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਪਿਆਰ ਕਰੋ, ਉਹਨਾਂ ਦਾ ਜਿਸ ਤਰ੍ਹਾਂ ਕਹਿੰਦੇ ਆ ਵੀ ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਨਾਲੋਂ ਵੱਧ ਪਿਆਰ ਕਰੋ। ਲੜਕੀਆਂ ਦੀ ਮਤਲਬ ਸਾਨੂੰ ਵੱਧ ਤੋਂ ਵੱਧ ਉਹਨਾਂ ਨੂੰ ਮੌਕੇ ਦੇਣੇ ਚਾਹੀਦੇ ਹੈ ਤਾਂ ਕਿ ਹਰ ਫੀਲਡ ਦੇ ਵਿੱਚ ਉਹ ਕਿਸੇ ਨਾਲ ਘੱਟ ਨਹੀਂ ਹੈ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਦਿਆਰਥੀਆਂ ਦਾ ਵਿਰੋਧ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ ਵਿੱਚ ਵੀ ਵੇਖਿਆ ਗਿਆ। ਇਹ ਯੂਨੀਵਰਸਿਟੀ ਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਦਰਜਨਾਂ ਵਿਦਿਆਰਥੀ ਜਾਮੀਆ ਮਾਲੀਆ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਸੜਕ ਤੇ ਉਤਰੇ ਅਤੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ। ਪੰਜਾਬ ਯੂਨੀਵਰਸਿਟੀ ਵਿਖੇ ਸਟੂਡੈਂਟ ਫਾਰ ਸੁਸਾਇਟੀ ਨੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ। SFS ਦੇ ਵਿਦਿਆਰਥੀ ਨੇਤਾ ਹਰਮਨ ਨੇ ਕਿਹਾ, ਇਹ ਕਦਮ ਭਾਰਤੀ ਸੰਵਿਧਾਨ ਦੇ ਆਰਟੀਕਲ 14 ਦੀ ਉਲੰਘਣਾ ਕਰਦਾ ਹੈ ਅਤੇ ਭਾਰਤ ਦੇ ਧਰਮ ਨਿਰਪੱਖ ਤਾਨਾਸ਼ਾਹੀ ਨੂੰ ਪੂਰੀ ਤਰ੍ਹਾਂ ਭੰਗ ਕਰਦਾ ਹੈ। ਹਰਮਨ ਨੇ ਸਿਟੀਜ਼ਨਸ਼ਿਪ ਸੋਧ ਬਿੱਲ ਨੂੰ ਕਾਨੂੰਨ ਬਣਨ ਦੇ ਪਾਸ ਹੋਣ ਤੇ ਸਵਾਲ ਚੁੱਕਿਆ। ਹਰਮਨ ਨੇ ਕਿਹਾ, ਸਾਨੂੰ ਦੇਸ਼ ਦੇ ਨਾਗਰਿਕਾਂ ਨੂੰ ਫਾਸੀਵਾਦੀ ਹਕੂਮਤ ਨੂੰ ਆਪਣੀ ਨਾਗਰਿਕਤਾ ਸਾਬਿਤ ਕਰਨ ਲਈ ਸਬੂਤ ਦੇਣ ਦੀ ਲੋੜ ਕਿਉਂ ਹੈ ਜੋ ਮੁਸਲਮਾਨਾਂ ਨੂੰ ਨਾਗਰਿਕਤਾ ਦੇਣ ਤੋਂ ਖੁੱਲ੍ਹ ਕੇ ਰੋਕ ਲਗਾਉਂਦੀ ਹੈ। जामिया के स्टूडेंट्स के साथ और AMU के स्टूडेंट्स के साथ वह किस तरह से पुलिस ने अपनी ब्रूटैलिटीज बिना परमिशन के अंदर जाके हॉस्टल्स में गए, लाइब्रेरी में जाके, मास्क में जाके बच्चों को मारा और लड़कियों के साथ फीमेल स्टूडेंट के साथ तो उन्होंने हरासमेंट किया है और उनको बोला कि आप वैकेट करो। इन स्टाफ्स को उन्होंने स्टाफ मेंबर्स को मारा है तो उसके लिए ये ब्रूटैलिटी, ये कब से पुलिस को ये चार्ज किसने दिया बिना परमिशन के आप अंदर जाइए और इस तरह से जाके डेमोक्रेसी वो तो रही ही नहीं, कॉन्स्टिट्यूशन के साथ आप खेलिए इस तरह का खिलियार के लिए। तो ये हमारा ये इसके लिए है कि बच्चे जो स्टूडेंट्स हैं पढ़े लिखे हैं तो उन्होंने अब आप कोई कानून पास करते हैं तो एक डिसेंट के डेमोक्रेसी में उसकी जगह है तो उसके लिए आप क्या चाहते हैं कि वो भी बच्चे नहीं करें। और ये फिर जी देखिए जिस तरीके से एक हायर एजुकेशनल इंस्टीट्यूट में बहुत ही कॉन्शियस एक्शन प्रोटेस्ट करने आता है, हमने देखा दिल्ली में सेंट्रल यूनिवर्सिटीज, जामिया, JNU, DU या फिर अलीगढ़ मुस्लिम यूनिवर्सिटी जो प्रोटेस्ट करती है और किस तरीके से स्टेट एक्ट करती है उसके ऊपर, किस तरीके से स्टेट उनके ऊपर बेरहमी से हॉस्टल में आती है, लाइटें बंद करती है, असॉल्ट करती है, मोलेस्ट करती है, हम उसके अगेंस्ट खड़े होते हैं। तो उसी के अगेंस्ट यहाँ पे आज हम लोग गैदर करे हैं। हमें लगता है कि इस तरह से हर डेमोक्रेटिक फोर्स को खड़े होना चाहिए जिस तरीके से एक तशद्दुद कल ढाई गई है।
ਉੱਤਰ ਭਾਰਤ ਦੇ ਪਿਛਲੇ 3 ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਨੇ 46 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਸੀਤ ਲਹਿਰ ਦੇ ਕਾਰਨ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 8 ਡਿਗਰੀ ਤੱਕ ਹੇਠਾਂ ਡਿੱਗ ਕੇ 14 ਡਿਗਰੀ ਰਹਿ ਗਿਆ ਹੈ। ਮੌਸਮ ਕੇਂਦਰ ਦੇ ਅਨੁਸਾਰ ਅਗਲੇ 2 ਦਿਨਾਂ 'ਚ ਸੀਤ ਲਹਿਰ ਅਤੇ ਕੋਲਡ ਡੇ ਕੰਡੀਸ਼ਨ ਬਣੀ ਰਹਿਣ ਅਤੇ ਕਿਤੇ ਕਿਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ, ਜਿਸ ਨਾਲ ਹਾਲਾਤ ਅਤੇ ਹੋਰ ਖਰਾਬ ਹੋ ਸਕਦੇ ਨੇ। ਕੜਾਕੇ ਦੀ ਠੰਡ ਨੇ ਆਮ ਜੀਵਨ ਨੂੰ ਤਹਿਸ ਨਹਿਸ ਕਰ ਦਿੱਤਾ ਹੈ। Are you worried about your child's future? Then here is a golden chance to join Doon Senior Secondary Public School for a bright future of your child. Best education is provided here with reasonable fee structure, finest environment, well-managed labs of physics, chemistry and biology, special quota classes for plus 1 and plus 2 students, admission open from now for nursery to 9th class students. Join Doon Senior Secondary Public School, Karyadwala, District Bathinda. Contact on 94179-40107 and 99884-72857. Are you planning holidays? Searching for agency? Are you confused? Then here is a solution. Now you can book your railway ticket, bus ticket and airplane ticket with hotel booking just in 5 minutes. Immediately contact us on 94786-95072. You are watching NC7 News. To give advertisement for flash ad, video ad and paid stories on this channel, contact us on 9855858559.